ਅੱਛੀ ਕਾਲ ਪਿਆਰੇ ਦੋਸਤੋ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਸਾਡੇ YouTube ਚੈਨਲ ਦੀਪ ਜੋਬ ਪੋਰਟਲ ਉੱਤੇ ਸੋ ਪਿਆਰੇ ਦੋਸਤੋ ਮੈਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਜਾਣਕਾਰੀ ਸ਼ੇਅਰ ਕਰਨ ਲੱਗਾ ਜਿਹੜੇ ਕੱਲ ਦੇ ਟ੍ਰਾਇਲ ਹੋਏ ਸੀਗੇ ਯਾਨੀ ਕਿ 3 ਤਰੀਕ ਨੂੰ ਜੋ ਟ੍ਰਾਇਲ ਹੋਏ ਨੇ ਸਾਰੀ ਜਾਣਕਾਰੀ ਉਹਨਾਂ ਸਾਰੀ ਜਾਣਕਾਰੀ ਜਿਹੜੀ ਆ ਸ਼ੇਅਰ ਕਰਨ ਲੱਗਾ ਤੇ ਜਿਨ੍ਹਾਂ ਦੇ ਅੱਜ ਟ੍ਰਾਇਲ ਨੇ ਯਾਨੀ ਕਿ 4 ਦਸੰਬਰ ਨੂੰ ਜਿਨ੍ਹਾਂ ਦੇ ਟ੍ਰਾਇਲ ਨੇ ਉਹ ਇਹ ਵੀਡੀਓ ਜ਼ਰੂਰ ਦੇਖਣ ਹੋਰਾਂ ਤੱਕ ਵੀ ਸ਼ੇਅਰ ਕਰਨ ਤਾਂ ਕਿ ਜਿਨ੍ਹਾਂ ਗਲਤੀਆਂ ਕਰਕੇ ਕੱਲ ਦੇ ਕੱਲ ਦੇ ਟ੍ਰਾਇਲ ਵਿੱਚ ਬੱਚੇ ਬਾਹਰ ਹੋਏ ਨੇ ਤੁਸੀਂ ਉਹ ਗਲਤੀਆਂ ਨਾ ਕਰ ਸਕੋ ਠੀਕ ਹੈ ਸੋ ਵੀਡੀਓ ਨੂੰ ਲਾਸਟ ਤੱਕ ਜਰੂਰ ਦੇਖਿਓ ਤੇ ਧਿਆਨ ਨਾਲ ਦੇਖਿਓ ਅੱਗੇ ਸ਼ੇਅਰ ਕਰ ਦਿਓ ਜੇ ਵਧੀਆ ਲੱਗੀ ਤਾਂ ਠੀਕ ਹੈ ਸੋ ਪਿਆਰੇ ਦੋਸਤੋ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਨੂੰ ਦੱਸਣ ਲੱਗਾ ਕਿ ਕੱਲ ਬਹੁਤ ਘੱਟ ਬੱਚਿਆਂ ਦਾ ਟ੍ਰਾਇਲ ਹੋਇਆ ਕਿਉਂਕਿ ਆਪਣਾ ਸਿਸਟਮ ਦੇ ਵਿੱਚ ਕੋਈ ਟੈਕਨੀਕਲ ਇਸ਼ੂ ਆ ਗਿਆ ਸੀਗਾ ਠੀਕ ਹੈ ਉਹਦੇ ਕਰਕੇ ਜਿਹੜੀ ਬਾਇਓਮੈਟ੍ਰਿਕ ਹੁੰਦੀ ਹੈ ਉਹ ਨਹੀਂ ਹੋ ਪਾਈ ਗਈ ਬੱਚਿਆਂ ਦੀ ਸੋ ਉਹਨਾਂ ਨੂੰ 16 ਤਰੀਕ ਦਾ ਟਾਈਮ ਦਿੱਤਾ 16 ਦਸੰਬਰ ਨੂੰ ਉਹਨਾਂ ਦੇ ਟ੍ਰਾਇਲ ਹੋਣਗੇ ਸਿਰਫ 16 ਨੂੰ ਉਹਨਾਂ ਦੇ ਹੋਣਗੇ ਜਿਨ੍ਹਾਂ ਦੇ ਕੱਲ ਨਹੀਂ ਹੋਏ ਠੀਕ ਹੈ ਜੀ ਤੇ ਬਾਕੀ ਦੋਸਤੋ ਸਭ ਤੋਂ ਪਹਿਲਾਂ ਤੁਹਾਡੀ ਡਾਕੂਮੈਂਟ ਵੈਰੀਫਿਕੇਸ਼ਨ ਜਿਹੜੀ ਹੋ ਰਹੀ ਹੈ ਡਾਕੂਮੈਂਟ ਆਪਣੇ ਪ੍ਰੋਪਰ ਲੈ ਕੇ ਜਾਓ ਕਈ ਬੱਚੇ ਦਾ ਕੱਲ ਐਵੇਂ ਦੇ ਦੇਖੇ ਗਏ ਜਿਵੇਂ ਜਾਣਕਾਰੀ ਮਿਲੀ ਸਾਨੂੰ ਕਿ ਉਹਨਾਂ ਤੋਂ ਉਹਨਾਂ ਕੋਲ ਪ੍ਰੋਪਰ ਡਾਕੂਮੈਂਟ ਹੀ ਨਹੀਂ ਹੈਗੇ ਸੀਗੇ ਯਾਰ ਡਾਕੂ ਤੁਸੀਂ ਕੀ ਕਰਦੇ ਹੋ ਯਾਰ ਤੁਸੀਂ ਬੱਚੇ ਹੋ ਠੀਕ ਹੈ ਜਵਾਖਾਂ ਵਾਲੀ ਗੱਲਾਂ ਤੁਸੀਂ ਕਰਦੇ ਹੋ ਮੈਂ ਕਿੰਨੀਆਂ ਵੀਡੀਓ ਪੋਸਟ ਕਰਦਾ ਰਹਿਣਾ ਬਾਕੀ ਜਾਣਕਾਰੀ ਦਿੰਦਾ ਰਹਿਣਾ ਸੋ ਹਜੇ ਵੀ ਬੱਚੇ ਆਪਣੇ ਡਾਕੂਮੈਂਟ درست ਨਹੀਂ ਲੈ ਕੇ ਯਾਰ ਇਹ ਪੂਰੇ ਪ੍ਰੋਪਰ ਨਹੀਂ ਲੈ ਕੇ ਯਾਰ ਇਹ ਠੀਕ ਹੈ ਕਈ ਬੱਚੇ ਦਾ ਉੱਥੇ ਆਪਣੇ origignal ਵੀ ਨਹੀਂ ਲੈ ਕੇ ਗਏ ਹੈਗੇ ਦੇ ਦੋਸਤੋ ਜਿਹੜੀ ਕਰੋਨਾ ਦੀ ਰਿਪੋਰਟ ਹੈ ਕਰੋਨਾ ਦੀ ਤੁਹਾਡੇ ਦੋਏ ਟੀਕੇ ਲੱਗੇ ਹੋਣ ਜਾਂ ਫਿਰ ਤੁਹਾਡੀ ਆਰਟੀਪੀਸੀਆਰ ਰਿਪੋਰਟ ਹੋਵੇ ਠੀਕ ਹੈ ਆਰਟੀਪੀਸੀਆਰ ਰਿਪੋਰਟ ਤੁਹਾਡੀ 72 ਘੰਟੇ ਪੁਰਾਣੀ ਹੋਣੀ ਚਾਹੀਦੀ ਹੈ ਤੇ ਕਈ ਬੱਚਿਆਂ ਦੇ ਇਹ ਵੀ ਕਮੈਂਟ ਆ ਰਹੇ ਸੀਗੇ ਕਿ ਸਾਰ ਜਿਹੜੀ ਆਰਟੀਪੀਸੀਆਰ ਰਿਪੋਰਟ ਹੈ ਉਹ ਅਸੀਂ ਸਰਕਾਰੀ ਹਸਪਤਾਲ ਚੋਂ ਕਰਾਈਏ ਜਾਂ ਪ੍ਰਾਈਵੇਟ ਚੋਂ ਸੋ ਪਿਆਰੇ ਦੋਸਤੋ ਤੁਸੀਂ ਕਿਤੋਂ ਵੀ ਕਰਵਾ ਸਕਦੇ ਹੋ ਬਟ ਉਹ ਵੈਲਿਡ ਹੋਵੇ 72 ਘੰਟਿਆਂ ਦੇ ਅੰਦਰ ਅੰਦਰ ਤੁਹਾਡੀ ਹੋਣੀ ਚਾਹੀਦੀ ਹੈ ਉਹ ਠੀਕ ਹੈ ਸੋ ਸਭ ਤੋਂ ਪਹਿਲਾਂ ਤੁਹਾਡੇ ਉੱਥੇ ਡਾਕੂਮੈਂਟ ਵੈਰੀਫਿਕੇਸ਼ਨ ਹੋ ਰਹੀ ਹੈ ਡਾਕੂਮੈਂਟ ਵੈਰੀਫਿਕੇ ਤੋਂ ਅਗਲਾ ਪ੍ਰੋਸੈਸ ਤੁਹਾਡਾ ਜਿਹੜਾ ਉਹ ਉਹ ਹੁੰਦਾ ਤੁਹਾਡੀ ਹਾਈਟ ਮੈਜ਼ਰਮੈਂਟ ਕੀਤੀ ਜਾਂਦੀ ਹੈ ਕਈ ਵਿੱਚ ਹਾਈਟ ਚੋ ਵੀ ਨਿਕਲੇ ਨੇ ਠੀਕ ਹੈ ਸੋ ਅੱਗੇ ਉਸ ਤੋਂ ਬਾਅਦ ਤੁਹਾਡਾ ਦੋਸਤੋ ਜਿਹੜਾ ਰਨਿੰਗ ਦਾ ਪ੍ਰੋਸੀਜਰ ਹੁੰਦਾ ਉਹ ਹੋ ਰਿਹਾ ਤੇ ਰਨਿੰਗ ਦੇ ਵਿੱਚ ਤੁਹਾਡੇ ਕੋਲ ਨੂੰ ਇੱਕ ਜੈਕਟ ਦਿੱਤੀ ਜਾਂਦੀ ਹੈ ਤੇ ਇੱਕ ਤੁਹਾਡੇ ਜਿਹੜੇ ਸੈਂਸਰ ਲਗਾ ਦਿੱਤਾ ਜਾਂਦਾ ਜਿਹੜਾ ਦੋਸਤੋ ਸੈਂਸਰ ਆ ਉਹ ਜਿਹੜੀ ਤੁਹਾਡੀ ਰਨਿੰਗ ਦੀ ਰੀਡਿੰਗ ਆ ਉਹ ਨੋਟ ਕਰਦਾ ਤੇ ਟਾਈਮਿੰਗ ਵੀ ਨੋਟ ਕਰਦਾ ਠੀਕ ਹੈ ਸੋ ਤੇ ਇੱਕ ਗੱਲ ਹੋਰ ਮੈਂ ਦੱਸ ਦੇਣਾ ਚਾਹਣਾ ਜਿਵੇਂ ਕਿ ਸੂਤਰਾਂ ਤੋਂ ਪਤਾ ਲੱਗਿਆ ਦੋਸਤੋ ਜਾਣਕਾਰੀ ਪ੍ਰਾਪਤ ਹੋਈ ਹੈ ਕਿ ਜਿਹੜੀ ਤੁਹਾਡੀ ਡੋਪ ਟੈਸਟ ਆ ਉਹ ਨਹੀਂ ਹੋ ਰਿਹਾ ਠੀਕ ਹੈ ਤੇ ਡੋਪ ਟੈਸਟ ਸਿਰਫ ਉਹਨਾਂ ਹੀ ਕੈਂਡੀਡੇਟਸ ਦਾ ਹੋ ਰਿਹਾ ਜਿਨ੍ਹਾਂ ਦੇ ਉੱਪਰ ਡਿਪਾਰਟਮੈਂਟ ਨੂੰ ਸ਼ੱਕ ਹੁੰਦਾ ਜਿਹੜੇ ਕੋਈ ਮਤਲਬ ਨਸ਼ੀਲੀ ਚੀਜ਼ਾਂ ਖਾ ਕੇ ਜਿਹੜੇ ਟੈਸਟ ਦਿੰਦੇ ਨੇ ਜਿਹੜੇ ਨਸ਼ੀਲੀ ਚੀਜ਼ਾਂ ਖਾ ਕੇ ਫਿਜ਼ੀਕਲ ਆਪਣਾ ਦਿੰਦੇ ਨੇ ਠੀਕ ਹੈ ਸੋ ਇਹ ਚੀਜ਼ਾਂ ਤੋਂ ਬਚ ਕੇ ਰਹੋ ਦੋਸਤੋ ਤੇ ਦੋਸਤੋ ਕਈ ਬੱਚੇ ਕੱਲ ਕਰੋਨਾ ਕਰਕੇ ਵੀ ਬਾਹਰ ਕੱਢੇ ਗਏ ਨੇ ਸੋ ਕਰੋਨਾ ਦੀ ਜਿਹੜੀ ਰਿਪੋਰਟ ਹੈ ਉਹ ਬਹੁਤ ਜ਼ਿਆਦਾ ਜ਼ਰੂਰੀ ਹੈ ਜੇ ਤੁਹਾਡੇ ਇੱਕ ਟੀਕਾ ਲੱਗਿਆ ਤੁਸੀਂ ਇੱਕ ਟੀਕੇ ਵਾਲਾ ਸਰਟੀਫਿਕੇਟ ਉੱਥੇ ਨਾਲ ਲੈ ਕੇ ਜਾਓ ਕਿਉਂਕਿ ਤੁਸੀਂ ਬਾਹਰ ਕੱਢੇ ਜਾ ਸਕਦੇ ਹੋ ਠੀਕ ਹੈ ਜੀ ਸੋ ਮੈਂ ਹੀ ਬੇਨਤੀ ਕਰਦਾ ਕਿ ਤੁਸੀਂ ਹੁਣ ਦੂਜਾ ਟੀਕਾ ਤੁਸੀਂ ਲਵਾਉਣ ਨਾ ਬੈਜੋ ਠੀਕ ਹੈ ਉਹਦਾ ਉਹਦੇ ਨਾਲ ਫਿਰ ਤੁਹਾਡਾ ਸਾਈਡ ਇਫੈਕਟ ਹੋਊ ਤੁਹਾਨੂੰ ਬੁਖਾਰ ਚੜ੍ਹ ਜਾ ਦੋ ਤਿੰਨ ਦਿਨ ਤੁਹਾਡੀ ਖਰਾਬ ਹੋ ਜਾਣਗੇ ਸੋ ਬਿਹਤਰ ਰਹੂਗਾ ਕਿ ਤੁਸੀਂ ਆਰਟੀਪੀਸੀਆਰ ਰਿਪੋਰਟ ਜਿਹੜੀ ਆਪਣੀ ਕਰਵਾ ਕੇ ਰੱਖੋ ਠੀਕ ਹੈ ਤੇ ਜਿਵੇਂ ਹੁਣ ਕਈ ਬੱਚਿਆਂ ਦਾ ਦੋਸਤ 12 ਤਰੀਕ ਨੂੰ PTP SB ਦਾ ਪੇਪਰ ਆ ਉਹ ਆਪਣਾ ਜਿਹੜਾ ਸ਼ਡਿਊਲ ਚੇਂਜ ਕਰ ਰਹੇ ਨੇ ਠੀਕ ਆ ਸੋ ਕੋਈ ਦੋਸਤੋ ਤੁਹਾਡੇ ਕੋਲ ਜੈਨੂਅਨ ਕਾਰਨ ਹੋਣਾ ਚਾਹੀਦਾ ਇਦਾਂ ਹੋ ਸਕਦਾ ਤੁਸੀਂ ਆਪਣੀ ਲੌਗਇਨ ਕਰਕੇ ਆਈਡੀ ਨੂੰ ਤੋਂ ਤੇ ਹੈਲਪ ਡੈਸਕ ਵਿੱਚ ਜਾ ਕੇ ਉੱਥੇ ਸਾਰੀ ਕੁਐਰੀਜ਼ ਆਪਣੀ ਪਾਰਸ ਸਕਦੇ ਹੋ ਤੁਹਾਡਾ ਜਿਹੜਾ ਸ਼ਿਫਟ ਤੁਹਾਡੀ ਚੇਂਜ ਹੋ ਜੂਗੀ ਠੀਕ ਹੈ ਬਟ ਤੁਹਾਨੂੰ ਨਾਲ ਡਾਕੂਮੈਂਟ ਅਪਲੋਡ ਕਰਨਾ ਪਊਗਾ ਕਿ ਤੁਹਾਡਾ ਜਿਹੜਾ PTP SB ਦਾ ਪੇਪਰ ਆ ਜਾਂ ਫਿਰ ਕੋਈ ਤੁਹਾਡਾ ਹੋਰ ਜੈਨੂਅਨ ਰੀਜ਼ਨ ਆ ਠੀਕ ਹੈ ਜੇ ਤੁਸੀਂ ਕੋਈ ਵਿਆਹ ਸ਼ਾਦੀ ਤੇ ਜਾਣਾ ਫਿਰ ਤੁਸੀਂ ਚੇਂਜ ਨਹੀਂ ਕਰ ਸਕਦੇ ਹੈਗੇ ਠੀਕ ਹੈ ਬਾਕੀ ਤੁਹਾਨੂੰ ਜੇ ਇਸ ਰਿਲੇਟਡ ਵੀਡੀਓ ਚਾਹੀਦੀ ਹੈ ਤਾਂ ਤੁਸੀਂ ਮੈਨੂੰ ਨੀਚੇ ਕਮੈਂਟ ਕਰੋ ਮੈਂ ਇਹਦੇ ਤੇ ਵੀ ਸਪੈਸ਼ਲ ਵੀਡੀਓ ਬਣਾ ਕੇ ਪੋਸਟ ਕਰੂੰਗਾ ਕਿ ਕਿਵੇਂ ਤੁਸੀਂ ਆਪਣਾ ਜਿਹੜਾ ਉਹ ਸ਼ਡਿਊਲ ਚੇਂਜ ਕਰ ਸਕਦੇ ਹੋ ਠੀਕ ਹੈ ਜੀ ਤੁਹਾਨੂੰ ਪੂਰੀ ਜਾਣਕਾਰੀ ਉਹਦੇ ਰਿਲੇਟਡ ਵੀ ਦਿੱਤੀ ਜਾਊਗੀ ਠੀਕ ਹੈ ਬਾਕੀ ਹੋਰ ਮੈਂ ਯਾਰ 24 ਘੰਟੇ ਐਕਟਿਵ ਰਹਿਣਾ ਆਪਣੇ ਇੰਸਟਾਗ੍ਰam ਪਲੇਟਫਾਰਮ ਤੇ ਤੁਸੀਂ ਇੰਨੀਆਂ ਗਲਤੀਆਂ ਕਰ ਰਹੇ ਹੋ ਉੱਥੇ ਠੀਕ ਹੈ ਬਹੁਤ ਕੱਲ ਬੱਚੇ ਜਿਹੜੇ ਬਾਹਰ ਹੋਏ ਨੇ ਸੋ ਮੈਂ ਤੁਹਾਨੂੰ ਬੇਨਤੀ ਕਰਦਾ ਜੇ ਤੁਸੀਂ ਕੁਝ ਪੁੱਛਣਾ ਹੁੰਦਾ ਤੁਸੀਂ ਮੈਨੂੰ ਜਾਂ ਤਾਂ ਕਮੈਂਟ ਵਿੱਚ ਜਾਂ ਫਿਰ ਇੰਸਟਾਗ੍ਰam ਤੇ ਮੈਨੂੰ ਮੈਸੇਜ ਕਰਕੇ ਜਾਣਕਾਰੀ ਮੇਰੇ ਨਾਲ ਸਾਂਝੀ ਕਰ ਸਕਦੇ ਹੋ ਠੀਕ ਹੈ ਇਸੇ ਲਈ ਮੈਂ ਇੰਸਟਾਗ੍ਰam ਦਾ ਜਿਹੜਾ ਲਿੰਕ ਹੈ ਉਹ ਨਾਲ ਇਹਦੇ ਐਡ ਕੀਤਾ ਹੋਇਆ ਤਾਂਕਿ ਬੱਚੇ ਉੱਥੇ ਸੰਪਰਕ ਕਰ ਸਕਣ ਮੇਰੇ ਨਾਲ ਠੀਕ ਹੈ ਬਾਕੀ ਤੁਸੀਂ ਯਾਰ ਪ੍ਰੋਪਰ ਉੱਥੇ ਆਪਣੀ ਜਿਹੜੀ ਖਰਾਕ ਪ੍ਰੋਪਰ ਰੱਖੋ ਫਰੂਟਸ ਵਗੈਰਾ ਆਪਣੇ ਨਾਲ ਲੈੰਦੇ ਰਹੋ ਕਿਉਂਕਿ ਕਈ ਬੱਚੇ ਕੱਲ ਐਵੇਂ ਬੱਚੇ ਦੇਖੇ ਗਏ ਨੇ ਉੱਥੇ ਬੀਵੀ ਦੇ ਗਰੁੱਪ ਜਿਹੜਾ ਬਣਦਾ ਰਿਹਾ ਸੀਗਾ ਬੀ ਦੇ ਗਰੁੱਪ ਨੂੰ ਇਕੱਠੀ ਭਜਾਉਂਦੇ ਨੇ ਉਹਦੇ ਵਿੱਚੋਂ 10 12 ਐਵੇਂ-ਐਵੇਂ ਬੱਚੇ ਜਿਹੜੇ ਕਲੀਅਰ ਕਰ ਰਹੇ ਸੀਗੇ ਤੁਸੀਂ ਆਪ ਹਿਸਾਬ ਲਾਓ ਹੁਣ ਠੀਕ ਹੈ ਠੀਕ ਹੈ ਜੀ ਬਾਕੀ ਦੋਸਤੋ ਆਪਣਾ ਪਾਣੀ ਪੂਣੀ ਦਾ ਆਪਣਾ ਪੂਰਾ ਪ੍ਰੋਪਰ ਪ੍ਰਬੰਧ ਰੱਖੋ ਤਲੀ ਹੋਈ ਚੀਜ਼ ਕੋਈ ਵੀ ਨਾ ਖਾਓ ਉੱਥੇ ਮੈਂ ਤੁਹਾਨੂੰ ਗੁਰੇਜ਼ ਕਰੂੰਗਾ ਵੀ ਇਹ ਨਾ ਚੀਜ਼ਾਂ ਤੋਂ ਦੂਰ ਰਹਿਣ ਲਈ ਠੀਕ ਹੈ ਤੇ ਆਪਣਾ ਫਰੂਟਸ ਵਗੈਰਾ ਉੱਥੇ ਨਾਲ ਰੱਖੋ ਜੇ ਤੁਹਾਨੂੰ ਭੁੱਖ ਵਗੈਰਾ ਲੱਗਦੀ ਹੈ ਜਾਂ ਕੁਝ ਹੋਰ ਤੁਹਾਨੂੰ ਪ੍ਰੋਬਲਮ ਆਉਂਦੀ ਹੈ ਤਾਂ ਠੀਕ ਹੈ ਬਾਕੀ ਹੋਰ ਕੋਈ ਵੀ ਜਾਣਕਾਰੀ ਹੁੰਦੀ ਹੈ ਤਾਂ ਤੁਹਾਡੇ ਨਾਲ ਜਰੂਰ ਸ਼ੇਅਰ ਕੀਤੀ ਜਾਊਗੀ ਸਾਡੇ ਨਾਲ ਚੈਨਲ ਦੇ ਜੁੜੇ ਰਹੋ ਠੀਕ ਹੈ ਜੀ ਤੇ ਜਿਨ੍ਹਾਂ ਦਾ ਅੱਜ ਟ੍ਰਾਇਲ ਹੈ 4 ਤਰੀਕ ਨੂੰ ਉਹਨਾਂ ਨੂੰ ਬੈਸਟ ਵਿਸ਼ੇਸ ਠੀਕ ਹੈ ਆਪਣਾ ਸਾਰਾ ਕੁਝ ਆਪਣਾ ਪ੍ਰੋਪਰ ਰੱਖੋ ਆਪਣੇ ਕੋਲ ਰੱਖੋ ਸਾਰੇ ਡਾਕੂਮੈਂਟ ਵਗੈਰਾ ਤੇ ਨਾਲ ਉੱਥੇ ਦੋਸਤੋ ਮੋਬਾਈਲ ਵਗੈਰਾ ਦੀ ਮਨਾਹੀ ਹੈ ਕੁਝ ਵੀ ਅੰਦਰ ਲੈ ਕੇ ਜਾਣ ਨਹੀਂ ਦਿੰਦੇ ਹੈਗੇ ਤੁਸੀਂ ਆਪਣੀਆਂ ਚੀਜ਼ਾਂ ਦਰਫ਼ਤਰ ਰੱਖੋ ਠੀਕ ਹੈ ਜੀ ਸੋ ਨੈਕਸਟ ਜਾਣਕਾਰੀ ਲਈ ਤੁਹਾਡੇ ਨਾਲ ਫੇਰ ਅਪਡੇਟ ਸ਼ੇਅਰ ਕਰਾਂਗੇ ਫੇਰ ਵੀਡੀਓ ਲੈ ਕੇ ਆਵਾਂਗੇ ਤਦ ਤੱਕ ਲਈ ਦੋ ਜਾਸਤ ਧੰਨਵਾਦ ਜੀ